ਬਣਾ ਲਈ। ਨਮਾਜ਼ ਦੇ ਬਾਅਦ ਮੁਸੱਲੇ ਤੇ ਬਹਿ ਰਵੇ, ਰੋ ਰੋ ਕੇ ਆਖੇ, ਨਹੀਂ ਭੁੱਲਦਾ ਤੇਰਾ ਭਜਦੇ ਘੋੜੇ ਤੋਂ ਲੈ ਭਜੜਾ। ਆਏ ਮੈਂ ਸਦਕੇ ਕਹਿ ਵੇਲੀ ਆਖੇ, ਨਹੀਂ ਭੁੱਲਦਾ ਉਹ ਤੇਰਾ ਭੈਣਾਂ ਦੇ ਸਾਹਮਣੇ ਕੁਸ ਵੰਜਣਾ। ਆਏ ਮੈਂ ਸਦਕੇ ਕਹਿ ਵੇਲੇ ਆਖੇ, ਨਹੀਂ ਭੁੱਲਦਾ ਉਹ ਤੇਰਾ ਕਰਬਲਾ ਚ ਔਖੀਆਂ ਲਾਸ਼ਾਂ ਚਾਵੜਾ। ਇਤਨਾ ਬਾਈ ਜਾਨ, ਇਤਨਾ ਰੁਨਾ, ਇਤਨਾ ਰੁਨਾ, ਇਸ ਨੂੰ ਗੱਲ ਭੁੱਲ ਗਈ ਕਿ ਮੈਂ ਕਿਸ ਮਕਸਦ ਵਾਸਤੇ। ਇਸ ਦੀ ਆਦਤ ਬਣ ਗਈ ਹਰ ਨਮਾਜ਼ ਤੋਂ ਬਾਅਦ ਨਾ ਹੁਸੈਨ ਬਾਦਸ਼ਾਹ ਨੂੰ ਰੋਵੇ। ਇੱਕ ਸਾਲ ਦਾ ਅਰਸਾ ਗੁਜ਼ਰ ਗਿਆ, ਇੱਕ ਸਾਲ ਦੇ ਬਾਅਦ ਨਮਾਜ਼ ਇਸ਼ਾ ਤੋਂ ਫਾਰਗ ਹੋ ਕੇ ਮੁਸੱਲੇ 'ਤੇ ਬਹਿ ਕੇ ਆਪਣਾ ਅਮਲ ਸ਼ੁਰੂ ਕੀਤਾ। ਅੱਖੀ ਨਹੀਂ ਕਈ ਸਾਵਣ ਦੇ ਬਦਲ ਹਨ, ਤੇ ਰੋ ਰੋ ਕੇ ਆਦਾ ਬੈਠਾ, ਤੇਰੀ ਭੈਣ ਦੀ ਚਾਦਰ ਨਹੀਂ ਭੁੱਲਦੀ। ਆਏ ਮੈਂ ਸਦਕੇ, ਆਏ ਮੈਂ ਸਦਕੇ ਕਹਿ ਵੇਲੇ ਆਦਾ ਬੈਠਾ, ਤੇਰੇ ਅਕਬਰ ਦੀ ਬਰਛੀ ਨਹੀਂ ਭੁੱਲਦੀ। ਤੇ ਇੰਜੇ ਨਾ ਰੋਂਦੀ ਜਾ ਤੇ ਕੰਡ ਵਾਲੇ ਪਾਸਿਓਂ ਕੋਈ ਰੋਵਣ ਦੀ ਆਵਾਜ਼ ਇਸਦੇ ਕੰਨਾਂ 'ਤੇ ਪਈ ਗਏ। ਆਏ ਮੈਂ ਸਦਕੇ ਜਾਵਾਂ, ਅੱਲਾ ਭਾਵੇਂ ਮੈਂ ਸਮਝਾ ਲਵਾਂ, ਜ਼ਿਕਰ ਦੀ ਕਸਮ ਐਸੇ ਲਾ ਕੇ ਆ ਲਿਓ। ਜਲਦੀ ਨਾਲ ਪਿੱਛਾ ਮੁੜ ਕੇ ਡਿੱਠਸ, ਕੋਈ ਹਸਤੀ ਹੈ ਜਿਹਦੀ ਅੱਖੀ ਨਹੀਂ ਕਈ ਸਾਵਣ ਦੇ ਬਦਲ ਹਨ। ਸਾਹਮਣੇ ਆ ਕੇ ਆਦੇ, ਕੌਣ ਹੈ, ਕਿਉਂ ਬੈਠਾ ਰੋਣਾ ਹੈ? ਰੋਵਣ ਵਾਲੇ ਅਜ਼ਾਦਾਰੋ ਉੱਚਾ ਰੁਨਈ ਤੇ ਰੋ ਕੇ ਆਦੇ, ਕਿਵੇਂ ਹੋ ਸਕਦਾ ਹੈ ਮੇਰੇ ਦਾਦੇ ਹੁਸੈਨ ਨੂੰ ਤੂੰ ਰੋਵੇਂ ਮੈਂ ਨਾ ਹੋਵਾਂ? ਕਿਵੇਂ ਹੋ ਸਕਦਾ ਹੈ? ਬਿਸਮਿਲਾ ਕਰਾਂ, ਤੂੰ ਮੇਰੇ ਦਾਦੇ ਹੁਸੈਨ ਨੂੰ ਕੋਈ ਰੋਵੇ ਕਿਥਾਈ ਮਜਲਿਸ ਹੋਵੇ, ਬਿਸਮਿਲਾ ਕਰਾਂ। ਰੋਵਣ ਵਾਲੇ ਅਜ਼ਾਦਾਰੋ ਜ਼ਿਆਦਾ ਤੂੰ ਨਾ ਕਰ ਵੰਜਾ ਮਿੰਬਰ ਮੋਹਤਰਮ ਦੇ ਹਵਾਲੇ। ਸਾਡੇ ਸ਼ੀਆ ਮਸਲਕ ਦੇ ਬਹੁਤ ਵੱਡੇ ਮੁਹੱਕੇ ਕੋ ਗੁਜ਼ਰੇ ਨੇ, ਸ਼ੇਖ ਮੁਫੀਦ, ਉਹਨਾਂ ਅਲੈਰਾਮਾ, ਉਹਨਾਂ ਨੂੰ ਨਾ ਇੱਕ ਦਿਨ ਰਾਤ ਦੇ ਟਾਈਮ ਸੁੱਤੇ ਖਾਬ ਵਿੱਚ ਜ਼ਿਆਰਤ ਹੋਈ ਮਜ਼ਲੂਮ ਹੁਸੈਨ ਦੀ। ਅਜੀਬ ਹਾਲਤ ਹੈ, ਪੈਰਾਂ ਤੋਂ ਲੈ ਕੇ ਸਿਰ ਤੱਕ ਹਰ ਜਾਤ ਜ਼ਖਮ, ਚਾਚਾ ਪੈਰ ਜ਼ਖਮੀ, ਹੱਥ ਜ਼ਖਮੀ, ਕੰਡ ਜ਼ਖਮੀ, ਚਿਹਰਾ ਜ਼ਖਮੀ, ਸਿਰ ਜ਼ਖਮੀ। ਤੁਸੀਂ ਸੁਣਦੇ ਰਹਿੰਦੇ ਉਲਮਾ ਕੋਲੋਂ ਜੋ 950 ਜ਼ਖਮ ਆਈ। ਮੈਂ ਇੱਕ ਆਲਮ ਰਬਾਨੀ ਦੀ ਜ਼ਬਾਨੀ ਸੁਣਿਆ, ਉਹ ਪੜਦੇ ਆਉਂਦੇ ਆਏ 950 ਆਈ ਜ਼ਹਿਰੀ ਜ਼ਖਮ, ਪਰ ਹੁਸੈਨ ਦੇ ਜਿਸਮ 'ਤੇ ਹਨ ਕੁੱਲ 25,000 ਜ਼ਖਮ। ਆਏ ਮੈਂ ਸਦਕੇ, ਉਹਨਾਂ ਤਸ਼ਰੀਹ ਕੀਤੀ, ਤੈਨੂੰ ਸਮਝ ਆ ਗਈ ਮਜਲਿਸ 'ਚ ਆਉਣ ਦਾ ਤੇਰਾ ਹੱਕ ਅਦਾ ਹੋਵੇ ਸੀ। ਉਹ ਚਨੀ ਓਟ ਗਿਰਦੋਂ ਨਵਾ ਲਿਆ, ਜ਼ਿਕਰ ਦੀ ਕਸਮ ਹੈ, ਉਹ ਪੜਦੇ ਹੁੰਦੇ ਹਨ ਜਿੱਥੇ ਗਰੀਬ ਨੂੰ ਇੱਕ ਤੀਰ ਲੱਗਿਆ ਨਾ ਗਰੀਬ ਛਿੱਕਿਆ, ਉੱਥੇ ਨਾ ਨਾ ਆ ਕੇ ਲੱਗੇ ਨਾ। ਹਾਏ ਮੈਂ ਸਦਕੇ, ਹਾਏ ਮੈਂ ਸਦਕੇ, ਡਿੱਠਸ ਮੌਲਾ ਇਤਨੇ ਜ਼ਖਮ। ਫਰਮਾਇਆ ਮੁਫੀਦ, ਸੁੱਕ ਵੈਸਨ, ਖੁਸ਼ਕ ਹੋ ਵੈਸਨ। ਹਾਇਓ ਮੈਂ ਸਦਕੇ, ਆਦਮ ਮੈਂ ਜਲਦੀ ਨਾਲ ਉੱਠਿਆ ਤੇ ਮੈਂ ਪੂਰਾ ਦਿਨ ਰੋਂਦਾ ਰਿਹਾ, ਪੂਰਾ ਦਿਨ ਰੋਨਾ, ਪੂਰੀ ਦਿਨ ਰੋ ਕੇ ਮੈਂ ਅੱਗੋਂ ਸ਼ਾਮ ਵੇਲੇ ਵੀ ਰੋਂਦਾ ਰਿਹਾ। ਰੋਂਦੀ ਜਾ ਤੇ ਨਾ ਮੈਂ ਨੀਂਦਰ ਆ ਗਈ, ਮੈਂ ਵਸ਼ ਕਰ ਗਈ ਹਾਂ, ਮੈਂ ਖਾਬ ਵਿੱਚ ਡਿੱਠੇ ਦੂਸਰੀ ਰਾਤ ਮੈਨੂੰ ਵੱਤ ਹੁਸੈਨ ਗਰੀਬ ਦੀ ਜ਼ਿਆਰਤ ਹੋਈ, ਹੁਣ ਜਿਸਮ 'ਤੇ ਜ਼ਖਮ ਕੋਈ ਨਹੀਂ। ਹਾਇਓ ਮੈਂ ਸਦਕੇ, ਸਾਰਾ ਜਿਸਮ ਖੁਸ਼ਕੇ, ਤਰਾਏ ਜ਼ਖਮ ਸੀਨੇ 'ਤੇ ਮੌਜੂਦ ਹਨ। ਆਇਓ ਮੈਂ ਸਦਕੇ ਜਾਵਾਂ, ਜ਼ਖਮ ਸਮਝ ਆ ਗਏ। ਤੁਹਾਨੂੰ ਪਤਾ ਲੱਗ ਪਏ ਸੀ ਮਜਲਿਸ 'ਚ ਆਉਣ ਦਾ ਮਕਸਦ ਕੀ ਹੈ। ਜ਼ਿਕਰ ਦੀ ਕਸਮ ਹੈ, ਜਦੋਂ ਡਿੱਠਾ ਸੁਣਾ ਮੌਲਾ ਜ਼ਖਮ ਕਿਵੇਂ ਖੁਸ਼ਕ ਹੋਏ। ਫਰਮਾਇਆ ਪੂਰਾ ਦਿਨ ਮੋਮਿਨ ਮੇਰੀ ਗੁਰਬਤ ਯਾਦ ਕਰਕੇ ਰੋਂਦੇ ਰਹਿਣ। ਮੇਰੀ ਮਾਂ ਇੱਕ ਰੁਮਾਲ ਚਾ ਕੇ ਹਰ ਮੋਮਿਨ ਦੇ ਸਾਹਮਣੇ ਗਈ ਹੈ, ਹਰ ਮੋਮਿਨ ਦੇ ਆਂਸੂ ਲੈ ਕੇ ਮੇਰੇ ਜ਼ਖਮ ਦਾ ਆ ਮਰਹਮ ਬਣਾਇਆ ਸੀ, ਮੇਰੇ ਜ਼ਖਮ ਖੁਸ਼ਕ ਹੋ ਗਏ। ਤੇ ਮੌਲਾ ਕਦਮਾਂ 'ਤੇ ਹੱਥ ਲਾ ਕੇ ਕਹਿੰਦੇ, ਮੌਲਾ ਕਿਆ ਤੁਹਾਡੀ ਮਾਂ ਕੋਲੋਂ ਇਹ ਆਂਸੂ ਖਤਮ ਹੋ ਗਏ ਆ, ਜਾਂ ਤੁਹਾਡੀ ਮਾਂ ਲਾ ਨਾ ਸਕੀ? ਮੌਲਾ ਫਰਮਾਇਆ ਕਿਵੇਂ ਪੁੱਛਦਾ ਹੈ? ਆਵਾਜ਼ ਆਉਂਦਾ ਹੈ, ਇਹ ਜਿਹੜੇ ਤਰਾਏ ਜ਼ਖਮ ਸਾਹਮਣੇ ਮੌਜੂਦ ਹਨ ਸੀਨੇ 'ਤੇ, ਇਹ ਕਿਉਂ ਨਹੀਂ ਸੁੱਕੇ? ਫਰਮਾਇਆ ਇਹ ਕਿਆਮਤ ਤੱਕ ਨਹੀਂ ਸੁੱਕਣੇ। ਆਵਾਜ਼ ਆਉਂਦਾ, ਮੌਲਾ ਕਿਹੋ ਜਿਹੇ ਜ਼ਖਮ ਹਨ ਜਿਹੜੇ ਕਿਆਮਤ ਤੱਕ ਨਹੀਂ ਸੁੱਕਣੇ? ਫਰਮਾਇਆ ਪਹਿਲਾਂ ਜ਼ਖਮ ਹੁੰਦੀ ਜੁਦਾਈ ਦਾ ਹੈ, ਜਿਹਨੂੰ 18 ਸਾਲ ਬੁਰਕਿਆਂ 'ਚ ਫਲੇਂਦੀ ਰਹੀ ਹੈ।
ਆਏ ਮੈਂ ਸਦਕੇ, ਆਏ ਮੈਂ ਸਦਕੇ। ਆਵਾਜ਼ਾਂ ਦੇ ਜਨੇ ਲਾਣ ਦੇ ਬਾਅਦ ਮੈਨੂੰ ਨਜ਼ਰ ਨਹੀਂ ਆਉਂਦਾ, ਮੇਰੀ ਅੱਖੀਂ ਦੀ ਬਿਨਾਈ ਮੁੱਕ ਗਈ ਆਏ। ਮੇਰੀ ਭੈਣ ਰੋ ਰੋ ਕੇ ਆਦੀ ਆਈ ਹੁਸੈਨ, ਮੈਂ ਔਖਾ ਪਲੇਂਦੀ ਰਹੀਆਂ। ਸਦਕੇ ਸਦਕੇ ਸਦਕੇ। ਹੋ ਰੋਵਣ ਵਾਲੇ ਅਜ਼ਾਦਾਰੋਂ ਜ਼ਿਕਰ ਦੀ ਕਸਮ, ਜਦੋਂ ਹੁਸੈਨ ਨੂੰ ਪਤਾ ਲੱਗਾ ਮੇਰਾ ਅਕਬਰ ਲੈ ਗਈ ਆਇਆ, ਚਾਚਾ ਜੀ ਕੋਨੀਆਂ ਦੇ ਬਾਲ ਟੁਰਦਾ ਹੋਇਆ ਉੱਥੇ ਆਇਆ ਜਿੱਥੇ ਅਕਬਰ ਦੀ ਲਾਸ਼ ਆਈ ਸਰ ਝੋਲੀ ਵਿੱਚ ਰੱਖਿਆ। ਇੱਕ ਲਫ਼ਜ਼ ਹੈ ਹਰ ਮਾਤਮੀ ਹਰ ਜਾ ਵਾਸਤੇ, ਹਰ ਬੰਦੇ ਵਾਸਤੇ ਲਫ਼ਜ਼ ਨਹੀਂ ਆਉਂਦਾ। ਕਦੀਮੀ ਅਜ਼ਾਦਾਰੀ ਦਾ ਮਕਾਮ ਹੈ, ਤੁਸਾਂ ਨਾ ਸਮਝੋ ਤਾਂ ਪਤਾ ਨਹੀਂ ਕੌਣ ਸਮਝੀ। ਜ਼ਿਕਰ ਦੀ ਸਮੇਂ ਬਾਈ ਆਸਮ ਜੀ ਪੁੱਤਰ ਦੇ ਚਿਹਰੇ ਤੇ ਰਤ ਲੱਗੀ ਹੋਈ ਆਈ, ਪਿਓ ਦੇ ਚਿਹਰੇ ਤੇ ਖਾਕ ਲੱਗੀ ਹੋਈ ਆਈ। ਮੇਰੇ ਇਮਾਮ ਆਪਣਾ ਰੁਖਸਾਰ ਪੁੱਤਰ ਦੇ ਰੁਖਸਾਰ ਤੇ ਰਗਾਇਆ, ਚਾਚਾ ਉਚਰ ਲਈ ਤੇ ਰੋ ਗਿਆ ਦੇ ਬਹੁ ਔਖਾ ਆਇਆ ਤੇਰੀ ਲਾਸ਼ੂ ਤੇ। ਸਦਕੇ ਸਦਕੇ। ਤੇ ਮੈਡਾ ਸੋਹਣਿਆਂ ਦਾ ਸੁਲਤਾਨ ਨੇ ਮੇਰੀ ਪੱਗ ਛਣ ਗਈ ਹੈ, ਉਹ ਉੱਠੀ ਦੇਖ ਦੱਸਈ ਵਾ ਮੈਡਾ ਲਹਦੇ ਦਾ। ਉਹ ਰੋਵਣ ਵਾਲੇ ਅਜ਼ਾਦਾਰੋਂ ਆਵਾਜ਼ਾਂ ਦਾ ਮੌਲਾ ਅੱਲਾ ਦੇ ਨਾਂ ਤੇ ਡਸਾ ਅਗਲਾ ਜ਼ਖਮ ਕਹਿੰਦਾ ਹੈ। ਜ਼ਿਕਰ ਦੀ ਕਸਮ ਹੈ ਸ਼ੇਖ ਸਵਾਲ ਕੀਤਾ ਹੈ, ਮੇਰੇ ਇਮਾਮ ਦੀ ਅੱਖੀਂ ਵਸ ਪਈਆਂ ਐਲਾ, ਆ ਤੈਨ ਰੂਆ ਅਗਲਾ ਜ਼ਖਮ ਆਉਂਦੀ ਮੌਤ ਹੈ, ਜਿਹਦੇ ਆਸਰੇ ਤੇ ਮੇਰੀਆਂ ਭੈਣਾਂ ਵਤਨ ਛੋੜਿਆ, ਜਿਹਦੇ ਲਹਾਣ ਦੇ ਬਾਅਦ ਮੇਰੀ ਕਮਰ ਜ਼ੋਰ ਤਰੁੱਟ ਗਈਆਂ। ਬਿਸਮਿਲਾ ਬਿਸਮਿਲਾ ਬਿਸਮਿਲਾ। ਜਿਹੜੇ ਹਾਏ ਕਰਕੇ ਰੋਂਦੇ ਪਏ ਦੁਆ ਕਰਕੇ ਜਾ ਰਹੀਆਂ, ਚੱਲ ਇਸ ਗਮ ਦੇ ਸਿਵਾ ਕੋਈ ਗਮ ਨਾ ਵੇਖੇ। ਕਰਬਲਾ ਬੜੇ ਕਦੀਮੀ ਉਦਾਦਾਰ ਤਸ਼ਰੀਫ ਫਰਮਾਓ ਭਾਈ ਜਾਨ ਬੈਠੇ ਨਾ। ਕਰਬਲਾ ਜਿਹੜਾ ਵੀ ਸ਼ਹੀਦ ਲੱਥਾ ਆ, ਹਰ ਮਸਤੂਰ ਉਸ ਸ਼ਹੀਦ ਦਾ ਨਾਂ ਚਾ ਕੇ ਵਹਿਣ ਕੀਤਾ। ਇੰਝ ਗੱਲ ਭਾਈ ਜਾਨ, ਹਰ ਮਸਤੂਰ ਉਸ ਸ਼ਹੀਦ ਦਾ ਨਾਂ ਚਾ ਕੇ ਵਹਿਣ ਕੀਤਾ। ਉਹ ਨਿੱਕੂ ਚਾਕਾ ਲਿਆ ਜਦੋਂ ਐਲਾਨ ਹੋਇਆ ਮਾਰ ਗਈ ਆਇਆ। ਜ਼ਿਕਰ ਦੀ ਕਸਮ ਹਰ ਬੀਬੀ ਆਦੀ ਆਈ, ਹਾਏ ਮੇਰਾ ਬੁਰਕਾ ਖਾਈ ਬੀਬੀਆਂ ਦੀ ਆਈ, ਹਾਏ ਮੈਂ ਉਜੜੀ ਦੀ ਚਾਦਰ। ਬਿਸਮਿਲਾ ਕਰਾਂ ਬਿਸਮਿਲਾ ਕਰਾਂ ਬਿਸਮਿਲਾ ਕਰਾਂ। ਮਾਤਮੀ ਅਜ਼ਾਦਾਰ ਜੋ ਐ ਤੇਰੇ ਦਿਲ ਦਾ ਦਰਦ ਹੈ, ਕਈ ਬੀਬੀ ਆਦੀ ਆਈ ਹਾਏ ਮੇਰਾ ਬੁਰਕਾ, ਕਈ ਬੀਬੀ ਆਦੀ ਆਈ ਹਾਏ ਮੈਂ ਉਜੜੀ ਦੀ ਚਾਦਰ। ਅਲੀ ਦੀ ਧੀ ਰੋਂਦੀ ਵਧੀ ਹੈ ਤੇ ਰੋ ਰੋ ਕੇ ਆਦੀ ਹੈ, ਮੈਂ ਕੋਈ ਨਹੀਂ ਜ਼ਾਮਿਲਾ ਤੁਹਾਡੇ ਬੁਰਕਿਆਂ ਦੇ, ਤੇ ਹੁਣ ਹਰ ਕੋਈ ਖੁਦਾ ਨਿਗਰਾਨੇ ਮੈਡਲ ਹੈਗੀ ਅਵੀ। ਬਿਸਮਿਲਾ ਬਿਸਮਿਲਾ ਕਰਾਂ। ਮੈਂ ਆਖਰੀ ਜ਼ਖਮ ਸੁਣਾ ਕੇ ਮਿੰਬਰ ਮੋਹਤਰਮ ਦੇ ਵੱਲ ਪਿਆ ਕਰੇ ਲਾ, ਮੇਰੇ ਅੱਲਾਹ ਮੈਨੂੰ ਤਾਕਤ ਦੇ ਐ ਹੁਸੈਨ ਦਾ ਅੱਲਾਹ ਮੈਨੂੰ ਤਾਕਤ ਦੇ। ਮੀਮਾ ਮੋਮਨਾਂ ਨੂੰ ਅਗਲਾ ਜ਼ਖਮ ਸੁਣਾ ਲਵਾਂ, ਚਾਚਾ ਜੀ ਅਗਲਾ ਜ਼ਖਮ ਯੋ ਜੀ ਆ ਹੁਸੈਨ ਦੱਸਿਆ ਆ। ਸ਼ੇਖ ਆਦੇ ਮੈਂ ਮਿੱਟੀ ਤੇ ਜਾਣ ਪੀਆਂ, ਆਦੇ ਅੱਲਾਹ ਦੇ ਨਾਂ ਤੇ ਦੱਸਾਂ ਮੌਲਾ ਅਗਲਾ ਜ਼ਖਮ ਕਿਹੜਾ ਆ। ਉੱਚਰ ਨਹੀਂ ਹੁਸੈਨ, ਸ਼ੇਖ ਵਾਲੇ ਪਾਸੇ ਵੇਖ ਆਦੇ ਮੁਫੀ ਮੇਰਾ ਅਗਲਾ ਜ਼ਖਮ ਜੇ ਬਰਦਾਸ਼ਤ ਕਰ ਸਕਦਾ ਵਤ ਸੋਹਣਾ, ਮੇਰੇ ਅਗਲੇ ਜ਼ਖਮ ਦਾ ਨਾਂ ਏ ਜ਼ੈਨਬ ਦੀ ਚਾਦਰ। ਆਵਾਜ਼ਾਂ ਦੇ ਜਿਹੜੀ ਚਾਦਰ ਲਹਾਣ ਦੇ ਬਾਅਦ ਮੇਰੀ ਭੈਣ ਜਾਣ ਪਈ ਆ ਤੇ ਰੋ ਰੋ ਕੇ ਆਦੀ ਆਈ, ਜੇ ਲੁੱਟ ਲਈ ਚਾਦਰ ਓ ਮੈਂ ਕੁਕਤਾਲ ਚਾ ਕਰ ਫਰਮਾਇਆ ਧੀ ਜ਼ਹਰਾ ਮੈਂ ਪੰਜ ਤਨ ਦੀ।